ਜੀ ਅਸਲਾਮ ਅਲੈਕੁਮ ਜਨਾਬ, ਸਾਰੇ ਭਰਾਵਾਂ ਨੂੰ ਮੇਰੀ ਤਰਫੋਂ ਜੀ ਸਲਾਮ, ਔਰ ਅੱਲਾਹ ਪਾਕ ਦੀ ਤਰਫੋਂ ਸਲਾਮਤੀ ਤੁਹਾਡੇ ਉੱਤੇ ਸਾਰਿਆਂ 'ਤੇ, ਅਤੇ ਜਿੱਥੇ ਜਿੱਥੇ ਵੀ ਤੁਸੀਂ ਜੀ, ਅੱਲਾਹ ਤਾਲਾ ਤੁਹਾਡੇ 'ਤੇ ਰਹਿਮਤ ਕਰੇ, ਔਰ ਤੁਹਾਨੂੰ ਵਬਾਈ ਅਮਰਾਜ਼ ਜਿਹੜੀ ਕਰੋਨਾ ਵਗੈਰਾ ਤੋਂ ਅੱਲਾਹ ਪਾਕ ਮਹਿਫੂਜ਼ ਰੱਖੇ। ਅਤੇ ਜਨਾਬ, ਦੋ ਘੋੜੀਆਂ ਦੇ ਬਾਰੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ, ਉਹ ਕਿੱਥੇ ਕਿੱਥੇ ਵਿਕਣ ਵਾਲੀਆਂ ਨੇ। ਅਤੇ ਉਸ ਤੋਂ ਪਹਿਲਾਂ ਇਹ ਬੜੀ ਜ਼ਰੂਰੀ ਗੱਲ ਹੈ, ਉਹ ਗੱਲ ਇਹ ਹੈਗੀ ਹੈ ਕਿ ਅਗਰ ਤੁਹਾਡੇ ਕੋਲ ਕੋਈ ਘੋੜੀ ਵਿਕਣ ਵਾਸਤੇ ਤੁਸੀਂ ਵੇਚਣਾ ਚਾਹ ਰਹੇ ਜੇ, ਅਤੇ ਜਿਵੇਂ ਕਿ ਮੰਡੀਆਂ ਬੰਦ ਨੇ, ਅਤੇ ਫਿਰ ਕਿੱਥੇ ਵੇਚੀਏ? ਅਤੇ ਫਿਰ ਜਨਾਬ, ਤੁਸੀਂ ਮੈਨੂੰ ਖਿਦਮਤ ਦਾ ਮੌਕਾ ਦਿਓ, ਅਤੇ ਮੈਨੂੰ ਤੁਸੀਂ ਵਟਸਐਪ ਕਰੋ ਆਪਣੀ ਘੋੜੀ ਦੀ ਤਸਵੀਰ, ਅਤੇ ਆਪਣਾ ਨਾਂ, ਆਪਣਾ ਪਤਾ, ਘੋੜੀ ਦੀ ਉਮਰ, ਘੋੜੀ ਦਾ ਕੱਦ ਕੀ ਹੈ, ਅਤੇ ਘੋੜੀ ਦਾ ਰੰਗ ਕੀ ਹੈ, ਅਤੇ ਘੋੜੀ ਦੀ ਡਿਮਾਂਡ ਕੀ ਹੈ। ਠੀਕ ਹੈ ਜਨਾਬ, ਇਹ ਤੁਸੀਂ ਮੈਨੂੰ ਵਟਸਐਪ ਕਰੋ, ਅਤੇ ਜਿਹੜੇ ਬੰਦੇ ਖਰੀਦਣਾ ਚਾਹੁੰਦੇ ਨੇ ਉਹ ਆਪਣੀ ਤਸਵੀਰ, ਆਪਣਾ ਨਾਂ, ਆਪਣਾ ਐਡਰੈਸ ਅਤੇ ਫੋਨ ਨੰਬਰ ਉਹ ਮੈਨੂੰ ਵਟਸਐਪ ਤੁਸੀਂ ਕਰ ਸਕਦੇ ਜੇ। ਅਤੇ ਵਟਸਐਪ ਦਾ ਨੰਬਰ ਮੇਰਾ ਹੈਗਾ ਜੀ 0334-4151-962। ਲਓ ਜੀ, ਦੁਬਾਰਾ ਵੀਰ ਜੀ ਮੈਂ ਤੁਹਾਨੂੰ ਨੰਬਰ ਆਪਦਾ ਦੱਸਣ ਲੱਗਿਆ ਜੇ, ਵਟਸਐਪ ਨੰਬਰ ਵੀ ਇਹੋ ਹੀ ਹੈ, ਅਤੇ ਜੇ ਤੁਸੀਂ ਕਾਲ ਕਰਨਾ ਚਾਹੋ ਤਾਂ ਕਾਲ ਵੀ ਇਹਦੇ 'ਤੇ ਹੋ ਸਕਦੀ ਹੈ। ਅਤੇ 0334-4151-962। ਅਤੇ ਅਗਰ ਤੁਸੀਂ ਸੇਲ ਪਰਚੇਜ ਕਰਨਾ ਅਤੇ ਤੁਸੀਂ ਇਸ ਤਰ੍ਹਾਂ ਵੀ ਕਰਵਾ ਸਕਦੇ ਜੇ, ਜੇ ਮੈਨੂੰ ਤੁਸੀਂ ਬੁਲਾਉਣਾ ਚਾਹੋ ਕਿ ਬਾਬਾ ਨਵਾਜ਼ ਤੂੰ ਆ ਸਾਡੇ ਕੋਲ ਅਤੇ ਵੀਡੀਓ ਬਣਾ ਲੈ, ਅਤੇ ਉਹ ਫਿਰ ਯੂਟਿਊਬ ਦੇ ਉੱਤੇ ਝਾੜ ਦੇ, ਅਤੇ ਫਿਰ ਮੈਂ ਜੀ ਉਹ ਆ ਕੇ ਤੁਹਾਡੇ ਕੋਲ ਅਤੇ ਤੁਹਾਡੇ ਘੋੜਿਆਂ ਦੀ ਵੀਡੀਓ ਵਗੈਰਾ ਬਣਾ ਕੇ ਅਤੇ ਉਹ ਵੀ ਯੂਟਿਊਬ 'ਤੇ ਝਾੜ ਸਕਦੇ ਹਾਂ। ਅਤੇ ਜਨਾਬ, ਇਹ ਤਰੀਕਾ ਜ਼ਰਾ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਤਰੀਕਾ ਕੈਸਾ ਲੱਗਿਆ, ਜਿੰਨਾ ਚਿਕਰ ਹਾਲਾਤ ਸਹੀ ਨਹੀਂ ਹੁੰਦੇ ਪਏ। ਅਤੇ ਇਸ ਵਾਸਤੇ ਮੈਂ ਕਿਹਾ ਦੋਸਤਾਂ ਨੂੰ ਦੱਸਿਆ ਜਾਵੇ ਇਸ ਬਾਰੇ। ਅਤੇ ਲਓ ਜੀ, ਅੱਜ ਦੀ ਜਿਹੜੀ ਵੀਡੀਓ ਹੈ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਜ ਪਹਿਲੀ ਵੀਡੀਓ ਦੇ ਵਿੱਚ ਦੋ ਘੋੜੀਆਂ ਇਨਸ਼ਾਅੱਲਾ ਦੱਸਣਾ, ਉਹ ਦੋ ਘੋੜੀਆਂ ਕਿੱਥੇ ਕਿੱਥੇ ਨੇ। ਪਹਿਲੀ ਘੋੜੀ ਜੀ ਇਹ ਮੰਡੀ ਬਹਾਵਲਦੀਨ ਘੋੜੀ ਹੈ ਜੀ, ਅਤੇ ਮਾਲਕ ਹੈਗਾ ਜੀ ਸ਼ੁਏਬ ਤਾਰੜ। ਕੀਮਤ ਜੀ 1,20,000 ਰੁਪਈਆ, ਅਤੇ ਵਛੇਰੀ ਹੈ ਸੋਹਣੀ, ਅਤੇ ਬਹੁਤ ਹੀ ਸੋਹਣੀ, ਕਹਿੰਦੇ ਨੇ ਅੱਖਾਂ ਪੈਰਾਂ ਦੀ ਸਾਫ਼ ਹੈ, ਅਤੇ ਵਟਸਐਪ 'ਤੇ ਤਸਵੀਰ ਵੀ ਮੇਰੇ ਕੋਲ ਆ ਗਈ ਹੈ। ਅਤੇ 1,10,000 ਰੁਪਈਆ ਜਨਾਬ ਇਹਦੀ ਕੀਮਤ ਹੈਗੀ ਹੈ, ਅੱਖਾਂ ਪੈਰਾਂ ਦੀ ਸੋਹਣੀ ਘੋੜੀ। ਅਤੇ ਉਹ ਜਿਹੜਾ ਅਗਰ ਤੁਸੀਂ ਲੈਣ ਦੇ ਖੁਆਇਸ਼ਮੰਦ ਦੇ ਕਿਸੇ ਮੇਰੇ ਵੀਰ ਨੂੰ ਸ਼ੌਕ ਹੈ ਅਤੇ ਉਹ ਲੈਣਾ ਚਾਹੁੰਦਾ, ਅਤੇ ਫਿਰ ਉਹ ਇਸੇ ਨੰਬਰ ਦੇ ਉੱਤੇ ਰਾਬਤਾ ਤੁਸੀਂ ਮੇਰੇ ਨਾਲ ਕਰ ਸਕਦੇ ਜੇ, 0334-4151-962। ਅਤੇ ਤੁਸੀਂ ਮੈਨੂੰ ਜਦੋਂ ਰਾਬਤਾ ਕਰੋਗੇ ਤਾਂ ਮੈਂ ਤੁਹਾਨੂੰ ਜਨਾਬ ਘੋੜੀ ਦੀ ਜਿਹੜੀ ਤਸਵੀਰ ਹੈ ਉਹ ਵਟਸਐਪ ਕਰ ਦਿਆਂਗੇ, ਅਤੇ ਫਿਰ ਆਪਾਂ ਮਾਲਕ ਨਾਲ ਗੱਲਬਾਤ ਅੱਗੇ ਚਲਾ ਲਾਂਗੇ, ਅਤੇ ਫਿਰ ਇਨਸ਼ਾਅੱਲਾ ਘੋੜੀ ਤੁਹਾਡੇ ਕੋਲ ਉਹ ਇਨਸ਼ਾਅੱਲਾ ਤੁਸੀਂ ਲੈ ਲਓਗੇ। ਅਤੇ ਜਨਾਬ, ਦੂਸਰੀ ਘੋੜੀ ਇਹ ਹੈਗੀ ਹੈ ਜੀ ਸ਼ਿਵਪੁਰਾ ਦੇ ਕੋਲ ਮਾਨਾ ਵਾਲਾ ਸਟਾਪ ਹੈ ਭਿੱਖੀ ਦੇ ਨਾਲ, ਉੱਥੇ ਕੋਈ ਲੀਲਾ ਪਿੰਡ ਹੈ, ਲੀਲੇ ਪਿੰਡ ਦੇ ਵਿੱਚ ਇੱਕ ਲਾਲ ਘੋੜੀ ਹੈ, ਅਤੇ ਉਹ ਵੀ ਇੰਨੇ ਪੈਸੇ ਹੀ ਹੈ ਮੰਗਦਾ, ਅਤੇ ਬੰਦਾ ਹੈਗਾ ਮਾਲਕ ਉਹਦਾ ਬਾਹਰ ਹੈ, ਅਤੇ ਸਫਦਰ ਭਾਈ ਨੇ ਅਤੇ ਉਹ ਮੈਨੂੰ ਉਹਨਾਂ ਨੇ ਕਿਹਾ ਸੀ ਜੀ ਘੋੜੀ ਵੇਚਣੀ ਹੈ, ਅਤੇ ਮੈਂ ਉਹਨਾਂ ਦੀ ਵੀ ਘੋੜੀ ਇਸ ਵੀਡੀਓ 'ਚ ਸ਼ਾਮਿਲ ਕਰਨ ਲੱਗਿਆ ਜਨਾਬ। ਅਤੇ ਤੁਸੀਂ ਅਗਰ ਲੈਣੀ ਹੈ ਤਾਂ ਤੁਸੀਂ ਰਾਬਤਾ ਕਰ ਸਕਦੇ ਜੇ, ਉਹ ਵੀ ਲਾਲ ਘੋੜੀ ਹੈ, ਵਟਸਐਪ 'ਤੇ ਤਸਵੀਰ ਉਹਦੇ ਮੇਰੇ ਕੋਲ ਆ ਗਈ ਹੈ। ਉਹ ਲਾਲ ਘੋੜੀ 4 ਸਾਲ ਜਨਾਬ ਉਹਦੀ ਉਮਰ ਹੈ, ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਅਤੇ ਸੋਹਣੀ ਵਛੇਰੀ, ਠੀਕ ਹੋ ਗਿਆ। ਅਤੇ ਉਹ ਵੀ ਇਨਸ਼ਾਅੱਲਾਹ ਤਾਲਾ ਜਿਹੜੀ ਇਹ ਆਪਾਂ ਨੂੰ ਪਿਆਰ ਮੁਹੱਬਤ ਕਰਕੇ ਜਿਵੇਂ ਤੁਸੀਂ ਕਹੋਗੇ ਇਨਸ਼ਾਅੱਲਾਹ ਤਾਲਾ ਤੁਹਾਡੇ ਸ਼ੌਕ ਨੂੰ ਵੀ ਮੱਦੇਨਜ਼ਰ ਰੱਖਦਿਆਂ ਹੋਇਆਂ ਉਹ ਵੀ ਤੁਹਾਨੂੰ ਘੋੜੀ ਮਿਲ ਜਾਏਗੀ। ਅਤੇ ਘੋੜੀ ਉਹ ਵੀ ਇੰਨੇ ਕੁ ਦੀ ਹੈ, 1,10,000-15,000 ਮੰਗਦੇ ਨੇ, ਅਤੇ ਪਿਆਰ ਮੁਹੱਬਤ ਹੋਰ ਇਨਸ਼ਾਅੱਲਾਹ ਹੋ ਜਾਏਗਾ, ਲੱਖਾਂ ਦੀ ਖੇਡ ਨਹੀਂ ਹੈ ਜਨਾਬ। ਅਤੇ ਦੋਵੇਂ ਤੁਹਾਨੂੰ ਵਛੇਰੀਆਂ ਉਹ ਦੱਸ ਦਿੱਤੀਆਂ ਨੇ, ਅਤੇ ਨੰਬਰ ਅਗਰ ਤੁਸੀਂ ਲੈਣਾ ਚਾਹੋ ਤਾਂ ਨੰਬਰ ਵੀ ਨੋਟ ਕਰ ਲਓ, ਨੰਬਰ ਮੇਰੇ ਕੋਲ 0334-4151-962। ਅਤੇ ਜਨਾਬ, ਅਗਰ ਤੁਹਾਡੇ ਕੋਲ ਕੋਈ ਜਾਨਵਰ ਵੇਚਣ ਵਾਸਤੇ, ਖਰੀਦਣ ਵਾਸਤੇ ਤੁਸੀਂ ਖਰੀਦਣਾ ਚਾਹੁੰਦੇ ਜੇ ਜਾਂ ਵੇਚਣਾ ਚਾਹੁੰਦੇ ਜੇ, ਤਾਂ ਬਾਬੇ ਨਵਾਜ਼ ਨੂੰ
ਖਿਦਮਤ ਦਾ ਮੌਕਾ ਜਨਾਬ ਜ਼ਰੂਰ ਦੇਣਾ ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਕਰਨਾ ਜੇ, ਤਾਂ ਕਿ ਜਿਹੜੇ ਜਿਹੜੇ ਮੇਰੇ ਭਰਾ ਦੇ ਮੰਡੀਆਂ ਦੇ ਵਿੱਚ ਜਾਨਵਰ ਨਹੀਂ ਵਿਕ ਸਕਦੇ ਅਤੇ ਉਹ ਨਹੀਂ ਵੇਚ ਸਕਦੇ ਕਿਉਂਕਿ ਹਾਲਾਤ ਇਹੋ ਜਿਹੇ ਨੇ, ਅਤੇ ਫਿਰ ਬਾਬੇ ਨਵਾਜ਼ ਨੂੰ ਖਿਦਮਤ ਦਾ ਮੌਕਾ ਦਿਓ ਅਤੇ ਇਨਸ਼ਾ ਅੱਲਾਹ ਤਾਲਾ ਤੁਹਾਡੇ ਜਾਨਵਰ ਵਿਕਣੇ ਸ਼ੁਰੂ ਹੋ ਜਾਣੇ ਨੇ ਅੱਲਾਹ ਦੀ ਰਹਿਮਤ ਨਾਲ। ਅਤੇ ਜਨਾਬ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ, ਬਾਬੇ ਦੇ ਚੈਨਲ ਨੂੰ ਉਹ ਸਬਸਕ੍ਰਾਈਬ ਵੀ ਕਰੋ ਤਾਂ ਕਿ ਬਾਬੇ ਦਾ ਵੀ ਚੈਨਲ ਤਰੱਕੀ ਦੇ ਵਿੱਚ ਆਵੇ ਅਤੇ ਮਾਸ਼ਾਅੱਲਾ ਘੋੜੇ ਵਾਂਗੂ ਛਾਲਾ ਹੀ ਮਾਰਦਾ ਜਾਵੇ। ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ, ਅਤੇ ਇਜਾਜ਼ਤ ਚਾਹੁੰਦਾ ਜਨਾਬ ਸਾਰੇ ਭਰਾਵਾਂ ਨੂੰ, ਅੱਲਾਹ ਤਾਲਾ ਤੁਹਾਨੂੰ ਆਪਣੀ ਜ਼ੋਮਾਨ 'ਚ ਰੱਖੇ ਜਨਾਬ, ਔਰ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਸੱਜਣਾ ਵੱਲੋਂ ਆਉਂਦੀਆਂ ਰਹਿਣ। ਅਤੇ ਸਾਡੇ ਗੁਮਨਾਮ ਹੀਰੋ ਵੀ ਕਈ ਬੰਦੇ ਐਸੇ ਨੇ ਜਿਹੜੇ ਮੈਨੂੰ ਉਹ ਇਸ ਕੰਮ ਦੇ ਉੱਤੇ ਬੜੀ ਸ਼ਾਬਾਸ਼ ਦਿੰਦੇ ਨੇ ਅਤੇ ਮਸ਼ਵਰੇ ਵੀ ਦਿੰਦੇ ਨੇ, ਅੱਲਾਹ ਤਾਲਾ ਉਹਨਾਂ ਦੀ ਵੀ ਜ਼ਿੰਦਗੀ ਕਰੇ। ਇਜਾਜ਼ਤ ਚਾਹੁੰਦਾ ਜਨਾਬ, ਅੱਲਾਹ ਹਾਫਿਜ਼।